ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਬੜੇ ਦੁਖੀ ਹਿਰਦੇ ਦੇ ਨਾਲ ਕੁਝ ਗੱਲਾਂ ਤੁਹਾਡੇ ਨਾਲ ਕਰਨ ਲੱਗਾ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਦੇ ਕਾਂਡ ਨੂੰ ਲੈ ਕੇ ਜੋ ਸੱਚ ਹੁਣ ਸਾਹਮਣੇ ਆ ਰਿਹਾ ਹੈ, ਉਹ ਬਹੁਤ ਹਿਰਦੇ ਨੂੰ ਝੰਜੋੜਨ ਵਾਲਾ ਹੈ। ਪੰਜਾਬ ਪੁਲਿਸ ਦੀ ਜਾਂਚ ਅਤੇ ਰਣਜੀਤ ਸਿੰਘ ਕਮਿਸ਼ਨ ਦੀ ਜਿਹੜੀ ਇਨਵੈਸਟੀਗੇਸ਼ਨ ਹੋਈ, ਉਹਦੇ ਬਾਅਦ ਇਹ ਗੱਲ ਸਾਬਤ ਹੋ ਗਈ ਹੈ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਕਰਨ ਵਾਲੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਗ ਪਾੜ ਕੇ ਨਾਲੀਆਂ ਰੂੜੀਆਂ 'ਚ ਸੁੱਟਣ ਵਾਲੇ, ਉਹ ਝੂਠੇ ਸੌਦੇ ਦੇ ਪੈਰੋਕਾਰ ਸਨ। ਉਹ ਝੂਠੇ ਸੌਦੇ ਵਾਲੇ ਦੇ ਉਹ ਲੋਕ ਸਨ ਜਿਹੜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਕਰਕੇ ਸਿੱਖਾਂ ਦੇ ਹਿਰਦੇ ਵਲੂੰਦਰਨੇ ਚਾਹੁੰਦੇ ਸੀ। ਇਹ ਸੱਚ ਅੱਜ ਸਾਹਮਣੇ ਆ ਚੁੱਕਾ ਹੈ ਅਤੇ ਉਹ ਝੂਠੇ ਸੌਦੇ ਵਾਲਾ ਅੱਜ 20 ਸਾਲ ਦੇ ਲਈ ਜੇਲ੍ਹ 'ਚ ਬੰਦ ਹੈ। ਪਰ ਉਹਦੇ ਬਾਅਦ ਜਿਹੜਾ ਸੱਚ ਅੱਗੇ ਸਾਹਮਣੇ ਆਇਆ ਕਿ ਉਸ ਝੂਠੇ ਸੌਦੇ ਵਾਲੇ ਦੇ ਨਾਲ ਸੌਦਾ ਕੀਤਾ ਅਕਾਲੀ ਦਲ ਨੇ ਕਿ ਭਾਈ ਤੁਹਾਨੂੰ ਅਸੀਂ ਅਕਾਲ ਤਖ਼ਤ ਤੋਂ ਮਾਫ਼ੀ ਦਵਾ ਦਿਆਂਗੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਦੇ ਕਾਂਡ ਦੇ ਪਿੱਛੇ ਜੋ ਤੁਹਾਡੇ ਲੋਕ ਨੇ, ਅਸੀਂ ਉਹਨਾਂ ਨੂੰ ਬਚਾ ਲਵਾਂਗੇ। ਇਹ ਸੌਦਾ ਅਕਾਲੀ ਦਲ ਨੇ ਝੂਠੇ ਸੌਦੇ ਵਾਲੇ ਦੇ ਨਾਲ ਕੀਤਾ ਔਰ ਇਸ ਝੂਠੇ ਸੌਦੇ ਦੇ ਵਿੱਚ ਗਿਆਨੀ ਗੁਰਮੁਖ ਸਿੰਘ ਸ਼ਾਮਲ ਸਨ। ਪਰ ਜਦੋਂ ਉਹਨਾਂ ਨੂੰ ਜਥੇਦਾਰੀ ਤੋਂ ਹਟਾਇਆ ਗਿਆ, ਉਹਨਾਂ ਨੇ ਆ ਕੇ ਸੱਚ ਬੋਲਣਾ ਸ਼ੁਰੂ ਕੀਤਾ। ਉਹਨਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਦੇ ਨਾਲ ਮੀਟਿੰਗਾਂ ਹੋਈਆਂ ਅਤੇ ਝੂਠੇ ਸੌਦੇ ਵਾਲੇ ਨਾਲ ਇਹ ਸੌਦਾ ਕੀਤਾ ਗਿਆ ਕਿ ਤੇਰੀ ਫਿਲਮ MSG ਨੂੰ ਪੰਜਾਬ 'ਚ ਚਲਾਉਣ ਦਿੱਤਾ ਜਾਏਗਾ, ਤੈਨੂੰ ਅਕਾਲ ਤਖ਼ਤ ਤੋਂ ਮਾਫ਼ੀ ਦਵਾਈ ਜਾਏਗੀ, ਤੂੰ ਇਲੈਕਸ਼ਨਾਂ ਦੇ ਵਿੱਚ ਅਕਾਲੀ ਦਲ ਦਾ ਸਮਰਥਨ ਕਰ, ਸਪੋਰਟ ਕਰ, ਜੋ ਉਹਨੇ ਕੀਤੀ ਵੀ, ਅਤੇ ਨਾਲ ਦੇ ਨਾਲ ਪੈਸੇ ਦਾ ਲੈਣ ਦੇਣ ਵੀ ਹੋਇਆ। ਬੜੀ ਸ਼ਰਮ ਦੀ ਗੱਲ ਹੈ ਕਿ ਉਹ ਅਕਾਲੀ ਦਲ ਜਿਹੜਾ ਗੁਰਦੁਆਰੇ ਗੁਰਧਾਮਾਂ ਦੀ ਆਜ਼ਾਦੀ ਦੇ ਲਈ, ਮਹੰਤਾਂ ਤੋਂ ਬਚਾਉਣ ਦੇ ਲਈ ਕੁਰਬਾਨੀਆਂ ਭਰਿਆ, ਜਿਸ ਦਾ ਇਤਿਹਾਸ ਹੈ, ਜਿਸ ਦੀ ਸ਼ੁਰੂਆਤ ਹੋਈ, ਉਹ ਅਕਾਲੀ ਦਲ ਅੱਜ ਗੁਰਦੁਆਰੇ ਗੁਰਧਾਮਾਂ ਦੀ ਆਜ਼ਾਦੀ ਤੋਂ ਲੈ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਤੱਕ ਪਹੁੰਚ ਚੁੱਕਾ। ਇਹਨਾਂ ਦੇ ਪੈਰ ਨਹੀਂ ਕੰਬੇ, ਇਹਨਾਂ ਦੇ ਪਾਪ ਕੰਬੇ ਨਹੀਂ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਦਾ ਵੀ ਸੌਦਾ ਕਰ ਦਿੱਤਾ, ਉਹ ਝੂਠੇ ਸੌਦੇ ਵਾਲਾ ਅਤੇ ਇਹ ਵੀ ਝੂਠੇ ਸੌਦੇ ਵਾਲੇ। ਅਤੇ ਇਸ ਝੂਠੇ ਸੌਦੇ ਦੇ ਵਿੱਚ ਜਦੋਂ ਗਿਆਨੀ ਗੁਰਮੁਖ ਸਿੰਘ ਨੂੰ ਜਥੇਦਾਰੀ ਤੋਂ ਹਟਾਇਆ ਗਿਆ, ਜੀਂਦ ਭੇਜ ਦਿੱਤਾ ਗਿਆ, ਅਤੇ ਉਹਨੇ ਫਿਰ ਅਕਾਲੀਆਂ ਦੇ ਨਾਲ ਸੌਦਾ ਕੀਤਾ। ਇਹ ਤਿੰਨੋਂ ਸੌਦੇ ਵਾਲੇ ਨੇ, ਇਹਨੇ ਇਹ ਸੌਦਾ ਕੀਤਾ ਕਿ ਜਦੋਂ ਰਣਜੀਤ ਸਿੰਘ ਕਮਿਸ਼ਨ ਦੇ ਵਿੱਚ ਆਪਣੇ ਭਰਾ ਹਿੰਮਤ ਸਿੰਘ ਨੂੰ ਗਵਾਹੀ ਦੇਣ ਵਾਸਤੇ ਭੇਜਿਆ, ਉਸ ਨੇ ਸਾਰਾ ਸੱਚ ਰਣਜੀਤ ਸਿੰਘ ਕਮਿਸ਼ਨ ਦੇ ਸਾਹਮਣੇ ਰੱਖ ਦਿੱਤਾ, ਮੀਡੀਆ ਦੇ ਵਿੱਚ ਆਇਆ, ਪਰ ਵਿੱਚੋਂ ਵਿੱਚ ਇਹਨਾਂ ਨੇ ਗੱਲ ਕਰ ਲਈ ਕਿ ਅਕਾਲ ਤਖ਼ਤ ਸਾਹਿਬ ਦਾ ਹੈੱਡ ਗ੍ਰੰਥੀ ਗਿਆਨੀ ਗੁਰਮੁਖ ਸਿੰਘ ਨੂੰ ਫਿਰ ਬਣਾ ਦਿੱਤਾ ਗਿਆ। ਗਿਆਨੀ ਗੁਰਮੁਖ ਸਿੰਘ ਨੂੰ ਹੈੱਡ ਗ੍ਰੰਥੀ ਬਣਾਉਂਦੇ ਨਾਲ ਹੀ 2 ਦਿਨਾਂ ਵਿੱਚ ਹਿੰਮਤ ਸਿੰਘ ਆਪਣੇ ਬਿਆਨ ਤੋਂ ਮੁੱਕਰ ਗਿਆ। ਕਿੰਨੇ ਸ਼ਰਮ ਦੀ ਗੱਲ ਹੈ, ਉਹ ਅਕਾਲ ਤਖ਼ਤ ਸਾਹਿਬ ਜਿਹਨੂੰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਝੂਠੇ ਤਖ਼ਤਾਂ ਦੇ ਖਿਲਾਫ ਇੱਕ ਸੱਚੇ ਤਖ਼ਤ ਦੇ ਤੌਰ ਦੇ ਉੱਤੇ ਰਚਿਆ। ਮਹਾਰਾਜ ਨੇ ਅਕਾਲ ਤਖ਼ਤ ਸਾਹਿਬ ਨੂੰ ਦੁਨਿਆਵੀ ਤਖ਼ਤਾਂ ਦੇ ਭੈਅ ਤੋਂ ਮੁਕਤ ਕਰ ਦਿੱਤਾ। ਪਰ ਅੱਜ ਉਸ ਅਕਾਲ ਤਖ਼ਤ ਸਾਹਿਬ ਦਾ ਹੈੱਡ ਗ੍ਰੰਥੀ ਝੂਠ ਦਾ ਸੌਦਾਗਰ ਹੋਵੇ? ਭਾਈ ਸਾਹਿਬ, ਪਾਪ ਕਮਾਉਂਦਿਆਂ ਤੇਰਾ ਕੋਈ ਨਬੇਲੀ ਰਾਮ, ਇਹ ਸੱਚ ਜਾਣਿਆ ਜੇ ਤੁਸੀਂ ਅਕਾਲ ਤਖ਼ਤ ਸਾਹਿਬ 'ਤੇ ਖੜ੍ਹੇ ਹੋ ਕੇ ਅਰਦਾਸ ਕਰਨ ਦੇ ਵੀ ਹੱਕਦਾਰ ਨਹੀਂ ਹੋ। ਕਿਸ ਮੂੰਹ ਦੇ ਨਾਲ ਤੁਸੀਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਾਹਮਣੇ ਖੜ੍ਹੇ ਹੋ ਕੇ ਅਕਾਲ ਤਖ਼ਤ ਸਾਹਿਬ 'ਤੇ ਅਰਦਾਸ ਕਰੋਗੇ? ਕਿਵੇਂ ਤੁਸੀਂ ਉਹ ਸੇਵਾ ਨਿਭਾਓਗੇ? ਜਹਾਂ ਗਿਆਨ ਤਹ ਧਰਮ ਹੈ, ਜਹਾਂ ਝੂਠ ਤਹ ਪਾਪ, ਅਤੇ ਇੱਥੇ ਤਿੰਨੋਂ ਝੂਠੇ ਸੌਦੇ ਵਾਲੇ। ਬੜੀ ਸ਼ਰਮ ਆਉਂਦੀ ਹੈ। ਗੁਰੂ ਹਰਿ ਰਾਇ ਸਾਹਿਬ ਮਹਾਰਾਜ ਇੱਕ ਵਾਰ ਆਪਣੇ ਆਸਣ 'ਤੇ ਬੈਠੇ ਸਨ ਦਰਬਾਰ ਦੇ ਵਿੱਚ, ਅਤੇ ਬਾਹਰੋਂ ਕੀਰਤਨ ਦੀ ਆਵਾਜ਼ ਸੁਣੀ, ਸੰਗਤਾਂ ਕੀਰਤਨ ਕਰਦੀਆਂ ਆ ਰਹੀਆਂ ਸਨ। ਮਹਾਰਾਜ ਹੜਬੜਾਹਟ 'ਚ ਉੱਠੇ ਅਤੇ ਉਹਨਾਂ ਦਾ ਗੋਡਾ ਥੱਲੇ ਲੱਗ ਗਿਆ, ਗੋਡੇ 'ਤੇ ਚੋਟ ਆਈ। ਸੰਗਤਾਂ ਨੇ ਪੁੱਛਿਆ, ਮਹਾਰਾਜ ਸਤਿਗੁਰੂ ਤੁਸੀਂ, ਬਾਣੀ ਤੁਹਾਡੀ, ਫਿਰ ਇੰਨੀ ਜਲਦਬਾਜ਼ੀ ਕਿਉਂ? ਅਤੇ ਉਸ ਵੇਲੇ ਇਤਿਹਾਸ ਵਿੱਚ ਦਰਜ
कि महाराज ने कहा, जिन पै अदब नबाणी धारा, जानो सो सिख नाए हमारा। जिसने गुरबाणी का अदब नहीं धारण किया, जिसने गुरबाणी का सत्कार नहीं किया, अदब नहीं किया, वह मेरा सिख नहीं है। ज्ञानी गुरमुख सिंह जी झूठे अकाली हो, जिन्हें गुरबाणी का अदब नहीं किया वह गुरु का सिख नहीं है। तुसी केड़े मूँह दे नाल अज अकाली कहाउंदे हो, तुसी केड़े मूँह दे नाल अज सिख कहाओगे। गुरु अमर गुरु रामदास सच्चे पातशाह कहिंदे आ, जो निंदा करे सतगुर पूरे की, सो औखा जग में होया। नरक घोर दुख खूह है, उथे पकड़ उटोया। कूक पुकार को ना सुने, ओ औखा होए होए रोया। दीन दे विच भी मूँह काला होएगा, दुनिया दे विच भी मूँह काला होएगा, उथे भी मूँह काला होएगा। याद रखिया जे, ये पाप करदे आ, सियासत करदे आ, झूठी सियासत करदे आ, तुसी धर्म तो हीणे हो चुके हो। बड़े अफसोस नाल कहना पैंदा, मैं कदे निजी तौर दे उत्ते या किसी ते इल्जाम लाउण दे विच बिल्कुल विश्वास नहीं करता, पर हिरदा वलूंदरिया होया है। की करिए, अज गल अकाल तख्त साहब तक पहुँच गई, अकाल तख्त साहब के हैड ग्रंथी तक पहुँच गई। वह झूठे सौदे वाला दुनिया नाल झूठे सौदे करता है, उहदे नाल अकाली दल सौदे करता है, तो अकाली दल दे नाल ज्ञानी गुरमुख सिंह सौदे करता है, तो अज सौद्या वाले की कौम बन के रह गई। अज झूठे सौदे करके अकाल तख्त साहब तक पहुँच गए। अज भी माफ़ी मंग लो, हथ जोड़ के, वह बख्शनहार है, अपनियां भुल्लां बख्शा लो। ज्ञानी गुरमुख सिंह जी, झूठे अकालियो सच्चे बन जाओ। भाई महा सिंह ने तो बेदावा दे के 40 मुक्तियां दे नाल अपनी शहीदियां पा के बेदावा पढ़ाया सी। गुरु गोबिंद सिंह महाराज बेदावे नूं अपने नाल ला के रखते हैं। गलतियां हुई हैं, माफियां मंग लो, बेदावा पढ़वा लो, नहीं तो फिर ना इत्थे ढोई मिलेगी ना उत्थे ढोई मिलेगी। वाहिगुरु जी का खालसा, वाहिगुरु जी की फतेह।